ਤਾਂ ਬਟਾਲਾ ਕਾਦੀਆਂ ਰੋਡ ਦੇ ਉੱਪਰ ਇੱਕ ਬਹੁਤ ਹੀ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਬੱਸ ਆ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੁੰਦੀ ਆ। ਹਾਦਸੇ ਦੇ ਦੌਰਾਨ 4 ਲੋਕਾਂ ਦੀ ਦੱਸਿਆ ਜਾ ਰਿਹਾ ਸੀ ਕਿ ਮੌਤ ਹੋ ਗਈ ਆ ਅਤੇ ਕਈ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਤਾਂ ਇਸੇ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਬਟਾਲਾ ਦੇ SSP ਸੁਹੇਲ ਮੀਰ ਜੀ ਜੁੜੇ ਨੇ। ਤਾਂ ਸਰ, ਜਿਹੜਾ ਬਟਾਲਾ ਕਾਦੀਆਂ ਰੋਡ ਦੇ ਉੱਪਰ ਐਕਸੀਡੈਂਟ ਹੋਇਆ, ਤਾਂ ਹੁਣ ਤੱਕ ਦੀ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ? ਇਹ ਅੱਜ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ, ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਬਟਾਲਾ ਕਾਦੀਆਂ ਰੋਡ ਦੇ ਉੱਤੇ। ਉਹਦੇ ਵਿੱਚ ਕਰੀਬਨ 20 ਜਿਹੜੇ ਬੰਦੇ ਹੈਗੇ ਨੇ ਜ਼ਖਮੀ ਹੋਏ ਨੇ। ਆਊਟ ਆਫ ਵਿੱਚ 3 ਜਿਹੜੇ ਹੈਗੇ ਉਹ ਕੈਜੂਅਲਟੀਜ਼ ਹੋਈਆਂ, ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 6 ਆਰ ਕ੍ਰਿਟੀਕਲ ਵਿੱਚ ਹੈਵ ਬੀਨ ਰੈਫਰਡ ਟੂ ਅੰਮ੍ਰਿਤਸਰ। ਜਿਹੜੇ ਬਾਕੀ ਕਰੀਬਨ 10-12 ਬੰਦੇ ਹੈਗੇ ਨੇ ਉਹਨਾਂ ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼, ਬਟ ਦੇ ਆਰ ਸਟੇਬਲ ਐਂਡ ਦੇ ਆਰ ਡੂਇੰਗ ਵੈਲ। ਜੀ ਸਰ, ਕਾਰਨ ਕੀ ਰਹਿੰਦੇ ਨੇ, ਕਾਰਨ ਕੀ ਰਿਹਾ ਇਹ ਐਕਸੀਡੈਂਟ ਹੋਇਆ ਜਿਹੜਾ? ਕਾਰਨ ਪ੍ਰੀਲਿਮਿਨਰੀ ਤੌਰ ਤੇ ਇਹ ਲੱਗਦਾ ਕਿ ਬੱਸ ਜਦੋਂ ਆ ਰਹੀ ਸੀਗੀ ਅੱਗੇ ਇੱਕ ਮੋਟਰਸਾਈਕਲ ਆ ਰਿਹਾ ਸੀਗਾ, ਉਹ ਕਲੂਜਨ ਨੂੰ ਅਵੋਇਡ ਕਰਨ ਲਈ ਉਹਨੇ ਆਪਣਾ ਰਾਈਟ ਟਰਨ ਕਰਤਾ। ਤਾਂ ਉੱਥੇ ਇੱਕ ਬੱਸ ਸਟਾਪ ਜਿਵੇਂ ਪਿੰਡਾਂ ਚ ਹੁੰਦਾ ਹੈ ਜਿੱਥੇ ਸਵਾਰੀਆਂ ਵੇਟ ਕਰਦੀ ਆ ਬੱਸ ਦਾ, ਉਹ ਸੀਗਾ, ਉਹਦੇ ਵਿੱਚ ਜਾ ਟਕਰਾਈ ਬੱਸ। ਤਾਂ ਜਿਹਦੇ ਕਰਕੇ ਉਹ ਜਿਹੜਾ ਸਟਰਕਚਰ ਸੀਗਾ ਉਹ ਬੱਸ ਦੇ ਅੰਦਰ ਵੜ ਗਿਆ, ਜਿਹਦੇ ਕਰਕੇ ਇਹ ਕੈਜੂਅਲਟੀਜ਼ ਹੋਈਆਂ। ਜੀ ਸਰ, ਕੋਈ CCTV ਵੀ ਸਾਹਮਣੇ ਆਈ ਹੈ? ਕੁਛ ਇਨਵੈਸਟੀਗੇਟਿੰਗ ਏਜੰਸੀ CCTV ਫੁਟੇਜ ਮੌਕੇ ਦੀ ਕੁਛ ਫਰਦਰ ਚੈੱਕ ਕੀਤੀਆਂ ਜਾ ਰਹੀਆਂ, ਬਾਕੀ ਇਹਦਾ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਨੇ। ਜੀ ਸਰ, ਸੁਣਨ ਦੇ ਵਿੱਚ ਇਹ ਮਿਲਿਆ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ। ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ, ਜਦੋਂ ਅਸੀਂ ਹੁਣ CCTV ਨੂੰ ਐਨਾਲਾਈਜ਼ ਕਰਾਂਗੇ ਜਾਂ ਜਿਹੜਾ ਇਵਨ ਬੱਸ ਦਾ ਅਸੀਂ ਰਿਕਾਰਡ ਚੈੱਕ ਕਰਾਂਗੇ ਸਾਰਾ ਕੁਛ ਹੀ, ਤਾਂ ਸਾਨੂੰ ਵਿਲ ਗੈਟ ਟੂ ਨੋ ਉਹਨੂੰ ਪ੍ਰੋਪਰਲੀ। ਅਸੀਂ ਜਿਹੜਾ ਕ੍ਰੈਸ਼ ਇਨਵੈਸਟੀਗੇਸ਼ਨ ਯੂਨਿਟ ਇੱਕ ਵਹੀਕਲ ਆਉਂਦਾ ਹੈ, ਤੋ ਅਸੀਂ ਰਿਕੁਇਜ਼ਿਸ਼ਨ ਕਰਤਾ ਫਰਮ ਚੰਡੀਗੜ੍ਹ, ਉਹਦੇ ਨਾਲ ਕਾਫੀ ਡਿਟੇਲਸ ਸਾਨੂੰ ਮਸੂਲ ਹੋਣਗੀਆਂ, ਨਾਲ ਅਸੀਂ ਫੋਰੈਂਸਿਕ ਟੀਮ ਦੀ ਮਦਦ ਨਾਲ ਵੀ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਨੇ ਇੰਸੀਡੈਂਟ ਨੂੰ। ਸਰ, ਕਿੰਨੇ ਕੁ ਲੋਕ ਜ਼ਖਮੀ, ਕਿੰਨੇ ਕੁ ਲੋਕ ਹੋਏ ਨੇ ਇਹਦੇ ਚ? ਅਰਾਊਂਡ 20 ਜਿਵੇਂ ਮੈਂ ਕਹਿ ਰਿਹਾ ਸੀਗਾ, ਤਾਂ ਬਟ ਉਹਦੇ ਚ ਕਰੀਬਨ 12 ਜਿਹੜੇ ਬੰਦੇ ਹੈਗੇ ਨੇ ਮਾਈਨਰਲੀ ਇੰਜਰਡ, ਤੋ ਦੇ ਆਰ ਸੇਫ ਐਂਡ ਸਾਊਂਡ। ਜੀ, ਜਿਹੜੇ ਜ਼ਖਮੀ ਜ਼ਿਆਦਾ ਹੋਏ ਨੇ ਉਹ ਇੱਥੇ ਬਟਾਲਾ ਦੇ ਵਿੱਚ ਨੇ ਜਾਂ ਕਿਤੇ ਹੋਰ ਰੈਫਰ ਕੀਤੇ ਗਏ ਨੇ? ਉਹ ਚ ਕਰੀਬਨ 6 ਸੀਗੇ, ਤਾਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਫਰਮ ਸਿਵਲ ਹਸਪੀਟਲ ਬਟਾਲਾ। ਜੀ ਸਰ, ਥੈਂਕ ਯੂ ਜੀ। ਤਾਂ ਬਟਾਲਾ ਕਾਦੀਆਂ ਰੋਡ ਦੇ ਉੱਪਰ ਇੱਕ ਬਹੁਤ ਹੀ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਬੱਸ ਆ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੁੰਦੀ ਆ। ਹਾਦਸੇ ਦੇ ਦੌਰਾਨ 4 ਲੋਕਾਂ ਦੀ ਦੱਸਿਆ ਜਾ ਰਿਹਾ ਸੀ ਕਿ ਮੌਤ ਹੋ ਗਈ ਆ ਅਤੇ ਕਈ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਤਾਂ ਇਸੇ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਬਟਾਲਾ ਦੇ SSP ਸੁਹੇਲ ਮੀਰ ਜੀ ਜੁੜੇ ਨੇ। ਤਾਂ ਸਰ, ਜਿਹੜਾ ਬਟਾਲਾ ਕਾਦੀਆਂ ਰੋਡ ਦੇ ਉੱਪਰ ਐਕਸੀਡੈਂਟ ਹੋਇਆ, ਤਾਂ ਹੁਣ ਤੱਕ ਦੀ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ? ਇਹ ਅੱਜ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ, ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਬਟਾਲਾ ਕਾਦੀਆਂ ਰੋਡ ਦੇ ਉੱਤੇ। ਉਹਦੇ ਵਿੱਚ ਕਰੀਬਨ 20 ਜਿਹੜੇ ਬੰਦੇ ਹੈਗੇ ਨੇ ਜ਼ਖਮੀ ਹੋਏ ਨੇ। ਆਊਟ ਆਫ ਵਿੱਚ 3 ਜਿਹੜੇ ਹੈਗੇ ਉਹ ਕੈਜੂਅਲਟੀਜ਼ ਹੋਈਆਂ, ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 6 ਆਰ ਕ੍ਰਿਟੀਕਲ ਵਿੱਚ ਹੈਵ ਬੀਨ ਰੈਫਰਡ ਟੂ ਅੰਮ੍ਰਿਤਸਰ। ਜਿਹੜੇ ਬਾਕੀ ਕਰੀਬਨ 10-12 ਬੰਦੇ ਹੈਗੇ ਨੇ ਉਹਨਾਂ ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼, ਬਟ ਦੇ ਆਰ ਸਟੇਬਲ ਐਂਡ ਦੇ ਆਰ ਡੂਇੰਗ ਵੈਲ। ਜੀ ਸਰ, ਕਾਰਨ ਕੀ ਰਹਿੰਦੇ ਨੇ, ਕਾਰਨ ਕੀ ਰਿਹਾ ਇਹ ਐਕਸੀਡੈਂਟ ਹੋਇਆ ਜਿਹੜਾ?
ਕਾਰਨ ਪ੍ਰੀਲਿਮਿਨਰੀ ਤੌਰ ਤੇ ਇਹ ਲੱਗਦਾ ਕਿ ਬੱਸ ਜਦੋਂ ਆ ਰਹੀ ਸੀਗੀ ਅੱਗੇ ਇੱਕ ਮੋਟਰਸਾਈਕਲ ਆ ਰਿਹਾ ਸੀਗਾ ਜੀ, ਉਹ ਕਲੂਜਨ ਨੂੰ ਅਵੋਇਡ ਕਰਨ ਲਈ ਉਹਨੇ ਆਪਣਾ ਰਾਈਟ ਟਰਨ ਕਰਤਾ, ਤਾਂ ਉੱਥੇ ਇੱਕ ਬੱਸ ਸਟਾਪ ਜਿਵੇਂ ਪਿੰਡਾਂ ਚ ਹੁੰਦਾ ਹੈ ਜਿੱਥੇ ਸਵਾਰੀਆਂ ਵੇਟ ਕਰਦੀ ਆ ਬੱਸ ਦਾ, ਉਹ ਸੀਗਾ ਉਹਦੇ ਵਿੱਚ ਜਾ ਟਕਰਾਈ ਬੱਸ, ਤਾਂ ਜਿਹਦੇ ਕਰਕੇ ਉਹ ਜਿਹੜਾ ਸਟਰਕਚਰ ਸੀਗਾ ਉਹ ਬੱਸ ਦੇ ਅੰਦਰ ਅੰਦਰ ਵੜ ਗਿਆ, ਜਿਹਦੇ ਕਰਕੇ ਇਹ ਕੈਜੂਅਲਟੀਜ਼ ਹੋਈਆਂ ਜੀ। ਸਰ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ? ਕੁਛ ਕੁਛ ਇਨਵੈਸਟੀਗੇਟਿੰਗ ਏਜੰਸੀ ਦੀਆਂ ਸੀਸੀਟੀਵੀ ਫੁਟੇਜ ਮੌਕੇ ਦੀ ਕੁਛ ਫਰਦਰ ਚੈੱਕ ਕੀਤੀਆਂ ਜਾ ਰਹੀਆਂ, ਬਾਕੀ ਇਹਦਾ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਨੇ ਜੀ। ਸਰ ਸੁਣਨ ਦੇ ਵਿੱਚ ਇਹ ਮਿਲਿਆ ਕਿ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ। ਇਟਸ ਅ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ, ਜਦੋਂ ਅਸੀਂ ਹੁਣ ਸੀਸੀਟੀਵੀ ਨੂੰ ਐਨਾਲਾਈਜ਼ ਕਰਾਂਗੇ ਜੀ, ਜਾਂ ਜਿਹੜਾ ਇਵਨ ਬੱਸ ਦਾ ਸੀ ਰਿਕਾਰਡ ਚੈੱਕ ਕਰਾਂਗੇ ਸਾਰਾ ਕੁਝ ਹੀ, ਤਾਂ ਸਾਨੂੰ ਵਿਲ ਗੈਟ ਟੂ ਨੋ ਉਹਨੂੰ ਪ੍ਰੋਪਰਲੀ। ਅਸੀਂ ਜਿਹੜਾ ਕ੍ਰੈਸ਼ ਇਨਵੈਸਟੀਗੇਸ਼ਨ ਯੂਨਿਟ ਇੱਕ ਵਹੀਕਲ ਹੁੰਦਾ ਹੈ, ਤੋ ਅਸੀਂ ਰਿਕੁਇਜ਼ੀਸ਼ਨ ਕਰਤਾ ਫਰਮ ਚੰਡੀਗੜ੍ਹ, ਉਹਦੇ ਨਾਲ ਕਾਫੀ ਡੀਟੇਲਸ ਸਾਨੂੰ ਮਸੂਲ ਹੋਣਗੀਆਂ, ਨਾਲ ਅਸੀਂ ਫੋਰੈਂਸਿਕ ਟੀਮ ਦੀ ਮਦਦ ਨਾਲ ਵੀ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਨੇ ਇਨਸੀਡੈਂਟ ਨੂੰ। ਸਰ ਕਿੰਨੇ ਕੁ ਲੋਕ ਜ਼ਖਮੀ, ਕਿੰਨੇ ਕੁ ਲੋਕ ਹੋਏ ਨੇ ਇਹਦੇ ਚ? ਅਰਾਊਂਡ 20 ਜਿਵੇਂ ਮੈਂ ਕਹਿ ਰਿਹਾ ਸੀਗਾ, ਤਾਂ ਬਟ ਉਹਦੇ ਚ ਕਰੀਬਨ 12 ਜਿਹੜੇ ਬੰਦੇ ਹੈਗੇ ਨੇ ਮਾਈਨਰਲੀ ਇੰਜਰਡ, ਤੋ ਦੇ ਆਰ ਸੇਫ ਐਂਡ ਸਾਊਂਡ ਜੀ। ਜਿਹੜੇ ਜ਼ਖਮੀ ਜ਼ਿਆਦਾ ਹੋਏ ਨੇ ਉਹ ਇੱਥੇ ਬਟਾਲਾ ਦੇ ਵਿੱਚ ਨੇ ਜਾਂ ਕਿਤੇ ਹੋਰ ਰੈਫਰ ਕੀਤੇ ਗਏ ਨੇ? ਉਹ ਚ ਕਰੀਬਨ 6 ਸੀਗੇ, ਤਾਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਫਰਮ ਸਿਵਲ ਹਸਪੀਟਲ ਬਟਾਲਾ ਜੀ। ਸਰ ਥੈਂਕ ਯੂ ਜੀ।